ਨਕੋਦਰ ਵਿੱਚ ਰਹਿਣ ਵਾਲੀਆਂ ਦੋ ਨਾਬਾਲਗ ਭੈਣਾਂ ਘਰੋਂ ਲਾਪਤਾ। ਦੋ ਨੌਜਵਾਨ ਭੈਣਾਂ ਜੋ ਕਿ ਨਕੋਦਰ ਦੇ ਮੁਹੱਲਾ ਗੁਰੂ ਨਾਨਕਪੁਰਾ ਨਾਲ ਸੰਬੰਧਿਤ ਹਨ, ਕੱਲ੍ਹ ਰਾਤ ਤੋਂ ਲਾਪਤਾ ਸਨ, ਜੋ ਸਕੂਲ ਜਾਣ ਲਈ ਘਰ ਤੋਂ ਬਾਹਰ ਗਈਆਂ ਸਨ ਪਰ ਸਕੂਲ ਨਹੀਂ ਪਹੁੰਚੀਆਂ। ਲੜਕੀਆਂ ਦੇ ਪਿਤਾ ਨੇ ਕਿਹਾ ਹੈ ਕਿ ਪਤਾ ਨਹੀਂ ਕਿ ਮੇਰੀਆਂ ਲੜਕੀਆਂ ਕਿੱਥੇ ਗਈਆਂ ਹਨ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ SP ਹੈੱਡਕੁਆਰਟਰ ਸਰਬਜੀਤ ਸਿੰਘ ਪਹੁੰਚੇ ਅਤੇ ਕਿਹਾ ਹੈ ਕਿ ਜਾਂਚ ਚੱਲ ਰਹੀ ਹੈ, ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ। ਅੰਕਲ ਕੀ ਨਾਮ ਆਪਣਾ? ਕੀ ਗੱਲਬਾਤ ਹੋਈ ਆ? ਕੀ ਗੱਲਬਾਤ ਹੋਈ ਆ? ਕਿੰਨੇ ਸਾਲਾਂ ਦੀਆਂ ਸੀਗੀਆਂ? ਇੱਕ ਤੇ 11 ਸਾਲਾਂ ਦੀ ਤੇ 9 ਸਾਲਾਂ ਦੀ। ਅੱਛਾ, ਸਾਰੇ ਲਿਖੀ ਆ। ਅੱਛਾ, ਤੇ ਪੁਲਿਸ ਹੁਣ ਕੀ ਕਾਰਵਾਈ ਕਰ ਰਹੀ ਆ? ਹਾਂਜੀ ਸਰ, ਸਰ ਇਹ ਜੋ ਦੋ ਲੜਕੀਆਂ ਹੈਗੀਆਂ ਨਕੋਦਰ ਤੋਂ ਗਾਇਬ ਹੋਈਆਂ, ਕੀ ਮਾਮਲਾ ਹੈਗਾ ਇਹ? ਸਾਨੂੰ ਕੱਲ ਨਕੋਦਰ ਸਿਟੀ ਕੱਲ੍ਹ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ, 11 ਸਾਲ ਦੀ ਲੜਕੀ ਨੀਰੂ ਅਤੇ ਇੱਕ ਅਮਨਪ੍ਰੀਤ ਹੈ ਜਿਹੜੀ 9 ਸਾਲ ਦੀ ਆ, ਉਹ ਮਿਸਿੰਗ ਹੈ ਜੀ। ਉਹਦੇ ਸੰਬੰਧ ਵਿੱਚ ਅਸੀਂ ਰਾਤ ਹੀ ਆਪਣਾ ਇਸ਼ਤਿਹਾਰ ਸ਼ੁਰੂ ਹੋਗਾ ਕਰ ਦਿੱਤਾ ਸੀ, ਹੁਣ ਅਸੀਂ FIR ਕਲੋਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਰੇ ਇੱਥੇ ਆਏ ਹੋਏ ਹਾਂ ਔਰ ਉਹਦੀ ਕਰ ਰਹੇ ਹਾਂ ਵੀ ਇਹ ਸਕੂਲ ਗਈਆਂ ਕਿ ਨਹੀਂ ਗਈਆਂ, CCTV ਕੈਮਰੇ ਚੈੱਕ ਕਰ ਰਹੇ ਹਾਂ, ਵੱਖ ਵੱਖ ਟੀਮਾਂ ਵੱਖ ਵੱਖ ਅਸੀਂ ਲਾਈਆਂ ਹੋਈਆਂ ਆ, ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ ਜਿਹੜੀਆਂ ਬੱਚੀਆਂ ਮਿਸਿੰਗ ਹੋਈਆਂ ਉਹ ਕਿਸੇ ਪਾਸੇ ਗਈਆਂ ਜਾਂ ਹਰ ਐਂਗਲ ਤੋਂ ਅਸੀਂ ਚੈੱਕ। ਸਰ, ਲੜਕੀਆਂ ਦੇ ਜਿਹੜੇ ਮਾਂ ਬਾਪ ਹੈਗੇ ਉਹਨਾਂ ਦਾ ਕੀ ਕਹਿਣਾ ਹੈਗਾ ਇਸ ਬਾਰੇ? ਉਹਨਾਂ ਦਾ ਜਿਹੜਾ ਉਹਨਾਂ ਦੇ ਫਾਦਰ ਦਾ ਕਹਿਣਾ ਆ, ਉਹ ਓਲਡ ਏਜ ਹੈਗੇ ਆ, ਫਾਦਰ ਵੀ ਉਹਨਾਂ ਦੇ ਜਿਹੜੀ ਉਮਰ ਅਪਰੋਕਸੀਮੇਟਲੀ 55-60 ਸਾਲ ਦੇ ਲਾਗੇ ਜੋ ਦੱਸ ਰਹੇ ਆ, ਉਹ ਦਿਹਾੜੀ ਕਰਦੇ ਆ